ਖਬਰਾਂ ਦੇ ਆਰ ਪਾਰ ਦੀ ਤਾਜ਼ਾ ਕੜੀ ਲੈ ਕੇ ਤੁਹਾਡੇ ਰੂਬਰੂ ਹਾਂ। ਖਾਸ ਖਬਰਾਂ ਤੇ ਚਰਚਾ ਲਈ ਮੇਰੇ ਨਾਲ ਸਟੂਡੀਓ ਵਿੱਚ ਨੇ ਸ਼੍ਰੀ ਸਤਨਾਮ ਸਿੰਘ ਮਾਣਕ, ਜਿਹੜੇ ਸੀਨੀਅਰ ਪੱਤਰਕਾਰ ਨੇ ਤੇ ਰੋਜ਼ਾਨਾ ਅਜੀਤ ਦੇ ਕਾਰਜਕਾਰੀ ਸੰਪਾਦਕ ਨੇ। ਉਹਨਾਂ ਨੂੰ ਵੱਖ ਵੱਖ ਮੰਚਾਂ ਤੋਂ ਤੁਸੀਂ ਪੜ੍ਹਦੇ ਸੁਣਦੇ ਰਹਿੰਦੇ ਹੋ। ਮਾਣਕ ਜੀ, ਸਟੂਡੀਓ ਵਿੱਚ ਤੁਹਾਡਾ ਸਵਾਗਤ। ਸ਼ੁਕਰੀਆ ਜੀ। ਆਓ ਉਹਨਾਂ ਨਾਲ ਦੇਸ਼ ਅਤੇ ਦੁਨੀਆ ਦੀਆਂ ਖਾਸ ਖਬਰਾਂ 'ਤੇ ਚਰਚਾ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਅਸੀਂ ਲੈਣ ਜਾ ਰਹੇ ਹਾਂ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਰਾਜ ਸਭਾ ਅਤੇ ਲੋਕ ਸਭਾ ਵਿੱਚ ਕਾਂਗਰਸ ਦੇ ਉੱਪਰ ਤਿੱਖੇ ਹਮਲੇ ਕਰਦਿਆਂ ਇਹ ਗੱਲ ਖਾਸ ਤੌਰ 'ਤੇ ਕਹੀ ਕਿ ਅਸੀਂ ਕਾਂਗਰਸ ਮੁਕਤ ਭਾਰਤ ਦਾ ਸੁਪਨਾ ਪੂਰਾ ਕਰਨ ਜਾ ਰਹੇ ਹਾਂ, ਉਹਦੇ ਲਈ ਕੰਮ ਕਰ ਰਹੇ ਹਾਂ। ਕਿਸ ਤਰ੍ਹਾਂ ਦੇਖਦੇ ਹੋ? ਕੁਛ ਗੱਲਾਂ ਉਹਨਾਂ ਨੇ ਹੋਰ ਵੀ ਕਹੀਆਂ, ਲੇਕਿਨ ਮੁੱਖ ਤੌਰ 'ਤੇ ਉਹਨਾਂ ਨੇ ਨਿਸ਼ਾਨਾ ਮਾਨਕ ਜੀ ਕਾਂਗਰਸ ਨੂੰ ਹੀ ਬਣਾਇਆ। ਪ੍ਰਵੇਸ਼ ਸਾਹਿਬ, ਇਸ ਵੇਲੇ ਜਦੋਂ ਕਿ ਨਰਿੰਦਰ ਮੋਦੀ ਦੀ ਸਰਕਾਰ ਦੇ ਲਗਭਗ 4 ਸਾਲ ਪੂਰੇ ਹੋ ਗਏ ਆ ਅਤੇ 1 ਸਾਲ ਬਾਕੀ ਰਹਿ ਗਿਆ, ਅਤੇ ਵਿਰੋਧੀ ਪਾਰਟੀਆਂ ਉਹਨਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀਆਂ ਕਿ ਉਹਨਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਕੀ ਰਹੀ ਹੈ। ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀਗੇ ਲੋਕਾਂ ਦੇ ਨਾਲ ਕਿ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਏਗਾ ਔਰ ਵਿਦੇਸ਼ਾਂ ਤੋਂ ਕਾਲਾ ਧਨ ਮੰਗਵਾ ਕੇ 15-15 ਲੱਖ ਰੁਪਈਏ ਲੋਕਾਂ ਦੇ ਖਾਤੇ 'ਚ ਜਮ੍ਹਾਂ ਕਰਵਾਏ ਜਾਣਗੇ, ਜਿਹੜੇ ਕਿਸਾਨਾਂ ਨੂੰ ਜਿਹੜਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਭਾਅ ਦਿੱਤੇ ਜਾਣਗੇ, ਖੇਤੀਬਾੜੀ ਸੰਕਟ ਹੱਲ ਕੀਤਾ ਜਾਏਗਾ, ਦੇਸ਼ ਦੀ ਸੁਰੱਖਿਆ ਦਾ ਬਿਹਤਰ ਇੰਤਜ਼ਾਮ ਕੀਤਾ ਜਾਏਗਾ, ਕਿਉਂਕਿ ਉਹ ਕਾਂਗਰਸ ਦੀ ਸਰਕਾਰ 'ਤੇ ਦੋਸ਼ ਲਾਉਂਦੇ ਸੀ ਕਿ ਉਹ ਪਾਕਿਸਤਾਨ ਪ੍ਰਤੀ ਨਰਮ ਨੀਤੀ ਅਖਤਿਆਰ ਕਰ ਰਹੀ ਹੈ ਅਤੇ ਪਾਕਿਸਤਾਨ ਦੀਆਂ ਜ਼ਿਆਦਤੀਆਂ ਦਾ ਢੁਕਵਾਂ ਜਵਾਬ ਨਹੀਂ ਦੇ ਰਹੀ। ਇਹਨਾਂ ਸਾਰੇ ਮੁੱਦਿਆਂ 'ਤੇ ਜਦੋਂ ਵਿਰੋਧੀ ਪਾਰਟੀਆਂ ਉਹਨਾਂ ਨੂੰ ਜਵਾਬਦੇਹ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇੱਕ ਹੰਢੇ ਵਰਤੇ ਸਿਆਸਤਦਾਨ ਦਾ ਜਿਹੜਾ ਪ੍ਰਗਟਾਵਾ ਕਰਦਿਆਂ ਉਹਨਾਂ ਨੇ ਕਾਂਗਰਸ ਦੀਆਂ ਜਿਹੜੀਆਂ ਪਿਛਲੀਆਂ ਅਸਫਲਤਾਵਾਂ ਆ ਉਹਨਾਂ ਵੱਲ ਧਿਆਨ ਕਰਕੇ ਕਾਂਗਰਸ ਦੀ ਆਲੋਚਨਾ ਕੀਤੀ ਹੈ। ਖਾਸ ਕਰਕੇ ਉਹਨਾਂ ਨੇ ਕਿਹਾ ਕਿ ਦੇਸ਼ ਦੀ ਵੰਡ ਕਰਵਾਤੀ ਹੈ, ਇਹਨਾਂ ਨੇ ਟੁਕੜੇ ਕਰਵਾਤੇ ਦੇਸ਼ ਦੇ 1947 'ਚ ਦੇਸ਼ ਦੀ ਵੰਡ ਨੂੰ ਸਵੀਕਾਰ ਕਰਕੇ, ਉਹ ਜਿਹੜਾ ਜ਼ਹਿਰ ਆ ਉਹ ਲੋਕਾਂ ਨੂੰ ਹੁਣ ਪੀਣਾ ਪੈ ਰਿਹਾ। ਉਹਨਾਂ ਨੇ ਇਹ ਕਿਹਾ ਕਿ ਜੇਕਰ ਜਿਹੜਾ ਕਾਂਗਰਸ ਦੇਸ਼ ਦੀ ਵੰਡ ਨੂੰ ਸਵੀਕਾਰ ਨਾ ਕਰਦੀ ਤਾਂ ਕਸ਼ਮੀਰ ਸਮੱਸਿਆ ਨਾ ਪੈਦਾ ਹੁੰਦੀ। ਬਾਕੀ ਉਹਨਾਂ ਨੇ ਮਹਾਤਮਾ ਗਾਂਧੀ ਦੀ ਉਦਾਹਰਣ ਦਿੱਤੀ ਹੈ ਕਿ ਉਹ ਚਾਹੁੰਦੇ ਸੀ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਾਂਗਰਸ ਨੂੰ ਭੰਗ ਕੀਤਾ ਜਾਏ, ਅਤੇ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅਸੀਂ ਕਾਂਗਰਸ ਮੁਕਤ ਭਾਰਤ ਬਣਾਉਣ ਵਾਲੇ ਪਾਸੇ ਵੱਧ ਰਹੇ ਹਾਂ। ਪਰ ਸਾਹਿਬ, ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀਆਂ ਗੱਲਾਂ ਨਰਿੰਦਰ ਮੋਦੀ ਉਹਨਾਂ ਨੇ ਕਹੀਆਂ ਉਹਦੇ 'ਚੋਂ ਇਹ ਗੱਲ ਤਾਂ ਠੀਕ ਹੈ ਕਿ ਦੇਸ਼ ਦੀ ਵੰਡ ਨੂੰ ਸਵੀਕਾਰ ਕਰਨਾ ਕਾਂਗਰਸ ਦੀ ਇੱਕ ਬਹੁਤ ਵੱਡੀ ਗਲਤੀ ਸੀ। ਕਾਂਗਰਸ ਜਿਹੜੀ ਆ ਅੰਗਰੇਜ਼ਾਂ ਅਤੇ ਮੁਸਲਿਮ ਲੀਗ ਦੇ ਪ੍ਰਭਾਵ ਹੇਠ ਆ ਗਈ ਅਤੇ ਕਾਂਗਰਸ ਨੇ ਵੰਡ ਸਵੀਕਾਰ ਕਰ ਲਈ। ਵੰਡ ਕਾਂਗਰਸ ਨੇ ਇਸ ਕਰਕੇ ਸਵੀਕਾਰ ਕੀਤੀ ਸੀ ਕਿ ਜਨਾਹ ਅਤੇ ਮੁਸਲਿਮ ਲੀਗ ਜਿਹੜੇ ਲਗਾਤਾਰ ਦੇਸ਼ ਦੇ ਅੰਦਰ ਜਿਹੜਾ ਵੱਖਰਾ ਪਾਕਿਸਤਾਨ ਬਣਾਉਣ ਦੀ ਮੰਗ ਕਰਦੇ ਆ ਰਹੇ ਔਰ ਦੇਸ਼ ਦੇ ਵਿੱਚ ਜਿਹੜਾ ਫਿਰਕੂ ਤਣਾਅ ਪਾਇਆ ਜਾ ਰਿਹਾ, ਜੇ ਵੰਡ ਹੋ ਗਈ ਅਤੇ ਜਿਹੜੇ ਇਹਦੇ ਨਾਲ ਤਣਾਅ ਘੱਟ ਜਾਏਗਾ ਅਤੇ ਦੇਸ਼ ਜਿਹੜਾ ਬਿਹਤਰ ਢੰਗ ਨਾਲ ਅੱਗੇ ਵੱਧ ਸਕੇਗਾ, ਇਹ ਸੋਚਿਆ ਗਿਆ ਸੀ। ਉਸ ਵੇਲੇ ਕਾਂਗਰਸ ਨੇ ਇਹ ਨਹੀਂ ਸੋਚਿਆ ਸੀ ਕਿ ਜਦੋਂ ਦੇਸ਼ ਦੀ ਵੰਡ ਹੋਏਗੀ ਅਤੇ ਲੋਕਾਂ ਦਾ ਵੀ ਵਟਾਂਦਰਾ ਹੋਏਗਾ, ਉਹਦੇ 'ਚ 10 ਲੱਖ ਲੋਕ ਫਿਰਕੂ ਦੰਗਿਆਂ 'ਚ ਮਰਨਗੇ ਅਤੇ 1 ਕਰੋੜ ਲੋਕਾਂ ਨੂੰ ਆਪਣੇ ਘਰ ਘਰ ਛੱਡਣੇ ਪੈਣਗੇ, ਅਤੇ ਉਸ ਵੇਲੇ ਸ਼ਾਇਦ ਕਾਂਗਰਸ ਦੇ ਲੀਡਰਾਂ ਨੇ ਨਾ ਸੋਚਿਆ ਹੋਵੇ। ਸਮੁੱਚੇ ਤੌਰ 'ਤੇ ਦੇਸ਼ ਦੀ ਵੰਡ ਦਾ ਤਜਰਬਾ ਜਿਹੜਾ ਬੜਾ ਕੌੜਾ ਸਾਬਤ ਹੋਇਆ ਔਰ ਉਸਨੇ ਇਹ ਵੀ ਸਾਬਤ ਕਰ ਦਿੱਤਾ ਕਿ ਜਿਹਨਾਂ ਮਸਲਿਆਂ ਕਰਕੇ ਇਹ ਵੰਡ ਸਵੀਕਾਰ ਕੀਤੀ ਗਈ ਸੀ ਕਿ ਇਹਦੇ ਨਾਲ ਇਸ ਖਿੱਤੇ 'ਚ ਅਮਨ ਸ਼ਾਂਤੀ ਹੋ ਜਾਏਗੀ, ਉਹ ਵੀ ਜਿਹੜਾ ਸੁਪਨਾ ਆ ਜਾਂ ਉਹ ਵੀ ਜਿਹੜਾ ਸੋਚਿਆ ਗਿਆ ਸੀ ਉਹ ਪੂਰਾ ਨਹੀਂ ਹੋਇਆ। ਵੰਡ ਪੂਰੀ ਤਰ੍ਹਾਂ ਫੇਲ ਹੋਈ ਹੈ ਔਰ ਕਾਂਗਰਸ ਦੀ ਇੱਕ ਬਹੁਤ ਵੱਡੀ ਇਹ ਗਲਤੀ ਨਜ਼ਰ ਆਉਂਦੀ ਹੈ। ਇੱਕ ਪੱਤਰਕਾਰ ਦੇ ਤੌਰ 'ਤੇ ਮੈਂ ਪ੍ਰਧਾਨ ਮੰਤਰੀ ਦੀ ਇਸ ਗੱਲ ਨਾਲ ਸਹਿਮਤ ਹਾਂ, ਪਰ ਨਾਲ ਨਾਲ ਪ੍ਰੈਸ ਸਾਹਿਬ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਹੋਰਾਂ ਨੂੰ ਹੁਣ ਪਿਛਲਾ ਇਤਿਹਾਸ ਚੁੱਕੇ, ਪਿਛਲੀਆਂ ਗਲਤੀਆਂ ਚੁੱਕੇ, ਜਿਹੜਾ ਉਹ ਕਾਂਗਰਸ ਦੀ ਆਲੋਚਨਾ ਕਰਨ ਦੀ ਥਾਂ 'ਤੇ ਆਪਣੀ ਜਿਹੜੀ ਸਰਕਾਰ ਉਹਨਾਂ ਨੇ 4 ਸਾਲ ਚਲਾਈ ਆ ਉਹਦੇ ਬਾਰੇ ਜਿਹੜਾ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ। ਜੇ ਆਪਣੇ ਵਾਅਦੇ ਪੂਰੇ ਕਰਨ 'ਚ ਸਫਲ ਨਹੀਂ ਹੋ ਰਹੇ ਜਾਂ ਸਫਲ ਨਹੀਂ ਹੋਏ ਤਾਂ ਇਹਦੇ ਕੀ ਕਾਰਨ ਹੈ? ਲੋਕ ਅੱਜ ਦੀ ਸਰਕਾਰ ਤੋਂ ਜਿਹੜੀ ਉਹਦੀ ਕਾਰਗੁਜ਼ਾਰੀ ਦਾ ਜਵਾਬ ਮੰਗਣਾ ਚਾਹੁੰਦੀ ਆ। ਇਤਿਹਾਸ ਦੇ ਵਿੱਚ ਪਿੱਛੇ ਜਿਹੜੇ 6-7 ਦਹਾਕੇ ਪਿੱਛੇ ਲਿਜਾ ਕੇ ਉਹਦੇ ਨਾਲ ਤੁਸੀਂ ਵਿਰੋਧੀ ਪਾਰਟੀਆਂ ਨੂੰ ਜਿਹੜਾ ਹਾਸ਼ੀਏ 'ਤੇ ਤਾਂ ਧੱਕ ਸਕਦੇ ਹਾਂ, ਉਹਨਾਂ ਨੂੰ ਥੋੜ੍ਹਾ ਸ਼ਰਮਿੰਦਾ ਕਰ ਸਕਦੇ ਹਾਂ, ਪਰ ਲੋਕਾਂ ਦੇ ਭਖਦੇ ਮਸਲਿਆਂ ਦਾ ਤੁਸੀਂ ਹੱਲ ਨਹੀਂ ਕਰ ਸਕਦੇ। ਸੋ ਇਸ ਕਰਕੇ ਪ੍ਰਧਾਨ ਮੰਤਰੀ ਹੋਰਾਂ ਨੂੰ ਪਿਛਲਾ ਇਤਿਹਾਸ ਦੌਰਾਨ ਦੀ ਥਾਂ 'ਤੇ ਅੱਜ ਦੀਆਂ ਜਿਹੜੀਆਂ ਸਥਿਤੀਆਂ, ਅੱਜ ਦੀਆਂ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਦੇ ਬਾਰੇ 'ਚ ਗੱਲ ਕਰਨੀ ਚਾਹੀਦੀ ਹੈ ਅਤੇ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਲੋਕਾਂ ਨੂੰ ਦੱਸਣਾ ਚਾਹੀਦਾ। ਲੋਕ ਉਹਨਾਂ ਦੀ ਸਰਕਾਰ ਤੋਂ ਜਵਾਬ ਚਾਹੁੰਦੇ ਆ ਅਤੇ ਵਿਰੋਧੀ ਪਾਰਟੀ ਨੂੰ ਪੂਰਾ ਹੱਕ ਹੈ ਕਿ ਉਹਨਾਂ ਤੋਂ ਉਹ ਇਹ ਜਵਾਬ ਲਵੇ।
ਜੀ ਤੁਸੀਂ ਬਿਲਕੁਲ ਠੀਕ ਕਿਹਾ, ਔਰ ਇਸੇ ਕਰਕੇ ਰਾਹੁਲ ਗਾਂਧੀ ਨੇ ਇਹ ਗੱਲ ਬੜੇ ਜ਼ੋਰ ਦੇ ਕੇ ਕਹੀ ਹੈ ਕਿ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰੀ ਇਹ ਭੁੱਲ ਗਏ ਨੇ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਔਰ ਉਹਨਾਂ ਨੇ ਦੇਸ਼ ਹਿੱਤ ਦੇ ਮੁੱਦਿਆਂ ਦੀ ਗੱਲ ਬਿਲਕੁਲ ਵੀ ਨਹੀਂ ਕੀਤੀ। ਪ੍ਰੈਸ ਸਾਹਿਬ, ਲੋਕਾਂ ਦਾ ਇਸ ਤਰ੍ਹਾਂ ਦੀ ਆਲੋਚਨਾ ਨਾਲ ਜਾਂ ਇਤਿਹਾਸ ਨੂੰ ਦੁਹਰਾ ਕੇ ਇਹਦੇ ਨਾਲ ਲੋਕਾਂ ਦਾ ਢਿੱਡ ਨਹੀਂ ਭਰ ਸਕਦਾ। ਲੋਕਾਂ ਨੂੰ ਤਾਂ ਆਪਣੇ ਜਿਹੜੇ ਮਸਲੇ ਆ ਉਹਨਾਂ ਦਾ ਹੱਲ ਅੱਜ ਦੀ ਸਰਕਾਰ ਤੋਂ ਚਾਹੀਦਾ। ਜੀ ਤੁਸੀਂ ਬਿਲਕੁਲ ਠੀਕ ਕਿਹਾ ਜੀ। ਗੱਲ ਕਰਦੇ ਹਾਂ ਉੱਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਚਾਲੇ ਦਿੱਲੀ ਦੇ ਵਿੱਚ ਮੀਟਿੰਗ ਹੋਈ, ਔਰ ਮੀਟਿੰਗ ਤੋਂ ਬਾਅਦ ਦੋਵੇਂ ਮੰਤਰੀ ਬੜੇ ਖੁਸ਼ ਰੌਂ ਦੇ ਵਿੱਚ ਵਿਖਾਈ ਦਿੱਤੇ, ਔਰ ਗੱਲ ਇਹ ਜਿਹੜੀ ਸਾਹਮਣੇ ਆਈ ਹੈ ਕਿ ਪੰਜਾਬ ਕਾਂਗਰਸ ਦੇ ਪੁਨਰਗਠਨ ਦੇ ਸੰਬੰਧ ਵਿੱਚ ਵਿਚਾਰਾਂ ਕੀਤੀਆਂ ਗਈਆਂ ਨੇ। ਪ੍ਰੈਸ ਸਾਹਿਬ, ਇਸ ਵੇਲੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਆ, ਉਹਨੂੰ ਬਹੁਤ ਸਾਰੀਆਂ ਚੁਣੌਤੀਆਂ ਦਰਪੇਸ਼ ਹੈ। ਇੱਕ ਤਾਂ ਇਹ ਆ, ਪੰਜਾਬ ਬੜੇ ਵੱਡੇ ਗੰਭੀਰ ਆਰਥਿਕ ਸੰਕਟ 'ਚ ਫਸਿਆ ਹੋਇਆ, ਉਹ ਰੋਜ਼ਾਨਾ ਦੇ ਕੰਮਕਾਰ ਚਲਾਉਣ ਲਈ ਵੀ ਜਿਹੜਾ ਸਰਕਾਰ ਨੂੰ ਕਰਜ਼ਾ ਚੁੱਕਣਾ ਪੈ ਰਿਹਾ, ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ, ਇਹ ਬਿਨਾਂ ਸ਼ੱਕ ਜਿਹੜਾ ਪਿਛਲਾ ਅਕਾਲੀ ਭਾਜਪਾ ਸਰਕਾਰ ਦਾ 10 ਸਾਲ ਦਾ ਕਾਰਜਕਾਲ ਰਿਹਾ, ਉਹਦੇ ਦੌਰਾਨ ਆਰਥਿਕ ਵਸੀਲਿਆਂ ਦੀ ਦੁਰਵਰਤੋਂ ਹੋਈ ਹੈ, ਰਾਜਨੀਤਿਕ ਆਪਣੇ ਸਵਾਰਥਾਂ ਨੂੰ ਮੁੱਖ ਰੱਖ ਕੇ ਵੋਟਾਂ ਇੱਕ ਖਰੀਦਣ ਲਈ ਇੱਕ ਤਰ੍ਹਾਂ ਨਾਲ ਜਿਹੜਾ ਵੱਡੀ ਪੱਧਰ 'ਤੇ ਰਾਜ ਦੇ ਵਿੱਤੀ ਸਰੋਤ ਆ, ਪਿਛਲੀ ਸਰਕਾਰ ਨੇ ਉਹਦੀ ਦੁਰਵਰਤੋਂ ਕੀਤੀ ਹੈ। ਕੈਪਟਨ ਸਰਕਾਰ ਲਈ ਇੱਕ ਕਿਸਮ ਦਾ ਉਹ ਖੱਡਾ ਪੁੱਟ ਕੇ ਗਈ ਹੈ, ਜਿਹਦੇ ਵਿੱਚ ਜਿਹੜੀ ਹੈ ਕੈਪਟਨ ਸਰਕਾਰ ਜਿਹੜੀ ਆ ਉਹ ਡਿੱਗਦੀ ਨਜ਼ਰ ਆ ਰਹੀ ਹੈ। ਕਿਸਾਨ ਅੰਦੋਲਨ ਕਰ ਰਿਹਾ ਆ, ਮੁਲਾਜ਼ਮ ਅੰਦੋਲਨ ਕਰ ਰਿਹਾ ਆ, ਅਤੇ ਇੱਕ ਬੜੀ ਵੱਡੀ ਸਮੱਸਿਆ ਬਣੀ ਹੋਈ ਹੈ। ਅਤੇ ਇਸ ਦੇ ਨਾਲ ਨਾਲ ਕੈਪਟਨ ਸਰਕਾਰ ਦੀ ਦੂਜੀ ਫਿਕਰਮੰਦੀ ਇਹ ਹੈ ਕਿ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ, ਉਹਦੇ ਲਈ ਪਾਰਟੀ ਨੂੰ ਤਿਆਰ ਕਰਨਾ ਅਤੇ ਇਹਨਾਂ ਸਾਰੇ ਸਰੋਕਾਰਾਂ ਲਈ ਕਾਂਗਰਸ ਦਾ ਪੁਨਰਗਠਨ ਜਿਹੜਾ ਕਾਫੀ ਦੇਰ ਦਾ ਲਟਕ ਰਿਹਾ ਪੰਜਾਬ ਕਾਂਗਰਸ ਦਾ, ਉਹ ਕਰਨ ਦੀ ਲੋੜ ਹੈ। ਸੋ ਇਹਨਾਂ ਸਾਰੇ ਮਸਲਿਆਂ 'ਤੇ ਚਰਚਾ ਕਰਨ ਲਈ ਉਹ ਰਾਹੁਲ ਗਾਂਧੀ ਜਿਹੜੇ ਕਾਂਗਰਸ ਦੇ ਸਰਬ ਹਿੰਦ ਪ੍ਰਧਾਨ ਆ ਉਹਨੂੰ ਮਿਲੇ ਆ, ਕੁਛ ਵਿਚਾਰ ਵਟਾਂਦਰਾ ਹੋਇਆ ਹੋਏਗਾ ਅਤੇ ਉਹਦੀ ਰੋਸ਼ਨੀ 'ਚ ਆਉਣ ਵਾਲੇ ਦਿਨਾਂ 'ਚ ਅਸੀਂ ਪੰਜਾਬ ਕਾਂਗਰਸ ਦਾ ਪੁਨਰਗਠਨ ਹੁੰਦਾ ਦੇਖਾਂਗੇ। ਪਰ ਆਰਥਿਕ ਮਸਲਿਆਂ ਬਾਰੇ ਕੀ ਚਰਚਾ ਹੋਈ ਆ, ਰਾਹੁਲ ਗਾਂਧੀ ਨੇ ਕੀ ਕਿਹਾ, ਆਰਥਿਕ ਮਸਲਿਆਂ ਦੇ ਹੱਲ ਕਿੱਦਾਂ ਲੱਭਣੇ ਆ, ਇਹਦੇ ਬਾਰੇ ਕੋਈ ਗੱਲ ਸਾਹਮਣੇ ਨਹੀਂ ਆਈ। ਜੀ ਤੋ ਜਿਵੇਂ ਤੁਸੀਂ ਸੰਕੇਤ ਕਰ ਹੀ ਦਿੱਤਾ ਕਿ ਪੰਜਾਬ ਦੀ ਵਿੱਤੀ ਹਾਲਤ ਜਿਹੜੀ ਉਹ ਬੜੀ ਤਰਸਯੋਗ ਬਣੀ ਹੋਈ ਹੈ, ਔਰ ਸਮੁੱਚੀ ਸਰਕਾਰ ਨੂੰ ਇਸ ਦੇ ਮਾਮਲੇ 'ਚ ਬੜੀ ਚਿੰਤਾਜਨਕ ਸਥਿਤੀ 'ਚੋਂ ਲੰਘਣਾ ਪੈ ਰਿਹਾ। ਔਰ ਅੱਜ ਦੀ ਖਬਰ ਮਾਨਕ ਜੀ ਇਹ ਆਈ ਹੈ ਕਿ 700 ਕਰੋੜ ਦਾ ਕਰਜ਼ਾ ਚੁੱਕ ਕੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਜਨਵਰੀ ਮਹੀਨੇ ਦੀ ਤਨਖਾਹ ਦਿੱਤੀ ਗਈ ਹੈ। ਕੁਛ ਦਿਨ ਪਹਿਲਾਂ ਇੱਕ ਖਬਰ ਇਸ ਤਰ੍ਹਾਂ ਦੀ ਆਈ ਸੀ ਕਿ ਤਨਖਾਹ ਕਿਸ਼ਤਾਂ 'ਚ ਦਿੱਤੀ ਜਾ ਰਹੀ ਹੈ, ਕਿ ਪਹਿਲਾਂ ਦਰਜਾ 4 ਮੁਲਾਜ਼ਮਾਂ ਨੂੰ ਦਿੱਤੀ ਜਾਵੇ, ਫਿਰ ਦਰਜਾ 3, ਫਿਰ ਤੋ ਇਹ ਉਹ ਵੀ ਸੰਕੇਤ ਸੀਗਾ ਕਿ ਇਹਦਾ ਮਤਲਬ ਕਿ ਇੰਨਾ ਪੈਸਾ ਇਕੱਠਾ ਖਜ਼ਾਨੇ 'ਚ ਨਹੀਂ ਹੈਗਾ, ਹੁਣ 700 ਕਰੋੜ ਦਾ ਕਰਜ਼ਾ ਚੁੱਕਿਆ ਗਿਆ ਹੈ। ਪ੍ਰੋਫੈਸਰ, ਮਸਲਾ ਇਹ ਹੈ ਕਿ ਇੱਕ ਤਾਂ ਆਰਥਿਕ ਸੰਕਟ ਹੈ, ਸਾਡੇ ਵਿੱਤੀ ਵਸੀਲੇ ਘੱਟ ਆ, ਪਹਿਲੀ ਸਰਕਾਰ ਨੇ ਬੜਾ ਕਰਜ਼ਾ ਚੁੱਕ ਲਿਆ ਸੀ, ਉਹਦੀਆਂ ਕਿਸ਼ਤਾਂ ਵੀ ਜਾ ਰਹੀਆਂ। ਇਸ ਤੋਂ ਇਲਾਵਾ ਕਣਕ ਅਤੇ ਝੋਨੇ ਦੀ ਖਰੀਦ ਜਿਹੜੀ ਕੇਂਦਰੀ ਭੰਡਾਰ ਲਈ ਪੰਜਾਬ ਸਰਕਾਰ ਕਰਦੀ ਹੈ, ਉਹਦਾ ਵੀ 31,000 ਕਰੋੜ ਦਾ ਜਿਹੜਾ ਪਾੜਾ ਸੀਗਾ ਜਿਹੜਾ ਸਾਡੇ ਖਾਤਿਆਂ 'ਚ ਅਤੇ ਕੇਂਦਰ ਸਰਕਾਰ ਦੇ ਖਾਤਿਆਂ 'ਚ, ਉਹਨੂੰ ਜਿਹੜਾ ਉਹ ਪਾੜਾ ਪੂਰਨ ਲਈ 31,000 ਕਰੋੜ ਦੀ ਲਗਭਗ ਜਿਹੜੀ ਰਾਸ਼ੀ ਬਣਦੀ ਸੀ, ਪਿਛਲੀ ਸਰਕਾਰ ਨੇ ਉਹਨੂੰ ਵੀ ਕਰਜ਼ੇ 'ਚ ਬਦਲਾ ਲਿਆ ਸੀ, ਕੇਂਦਰ ਸਰਕਾਰ ਨਾਲ ਗੱਲ ਕਰਕੇ ਉਹਦੀਆਂ ਕਿਸ਼ਤਾਂ ਵੀ ਦੇਣੀਆਂ ਪੈ ਰਹੀਆਂ। ਉੱਤੋਂ ਪ੍ਰੋਫੈਸਰ, ਵੱਡੀ ਸਮੱਸਿਆ ਇਹ ਆ ਕਿ ਜਿਹੜਾ ਨਵਾਂ GST ਕਰ ਢਾਂਚਾ ਅਸੀਂ ਸਥਾਪਿਤ ਕੀਤਾ, ਜਿਹੜਾ ਸਾਰੇ ਦੇਸ਼ 'ਚ ਇੱਕੋ ਜਿਹਾ ਕਰ ਢਾਂਚਾ ਸਥਾਪਿਤ ਕੀਤਾ, ਉਹਦੇ 'ਚ ਸਾਰੇ ਕਰ ਹੁਣ ਕੇਂਦਰ ਸਰਕਾਰ ਇਕੱਠੇ ਕਰਦੀ ਹੈ ਅਤੇ ਪੈਸਾ ਕੇਂਦਰ ਸਰਕਾਰ ਕੋਲ ਚਲੇ ਜਾਂਦਾ। ਹੁਣ ਇਹਨਾਂ ਦਾ 700-800 ਕਰੋੜ ਰੁਪਈਆ ਜਿਹੜਾ GST 'ਚੋਂ ਆਉਣਾ ਬਣਦਾ, ਕੇਂਦਰ ਸਰਕਾਰ ਸਮੇਂ ਸਿਰ ਪੰਜਾਬ ਸਰਕਾਰ ਨੂੰ ਉਹਦੀ ਅਦਾਇਗੀ ਨਹੀਂ ਕਰਦੀ। ਪਹਿਲਾਂ ਵੀ ਇੱਦਾਂ ਇੱਕ ਵਾਰ ਹੋ ਚੁੱਕਾ, ਹੁਣ ਦੁਬਾਰਾ ਹੋ ਚੁੱਕਾ। ਕੇਂਦਰ ਸਰਕਾਰ ਤਾਂ ਉਹਦਾ ਵਿਆਜ ਖਾਂਦੀ ਹੈ, ਜਿਹੜਾ ਪੈਸਾ ਉੱਥੇ ਜਮ੍ਹਾਂ ਹੋ ਰਿਹਾ ਬੈਂਕਾਂ 'ਚ ਜਾਂਦਾ ਤਾਂ ਉਹਦਾ ਵਿਆਜ ਕੇਂਦਰ ਸਰਕਾਰ ਲੈਂਦੀ ਹੈ, ਅਤੇ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਖੁਦ ਕਰਜ਼ਾ ਚੁੱਕਣ ਲਈ ਮਜਬੂਰ ਹੋ ਰਹੀ ਹੈ, ਉਹਨੂੰ ਆਪਣਾ ਵਿਆਜ ਦੇਣਾ ਪੈਂਦਾ। ਸੋ ਇਹ ਜਿਹੜਾ ਨਵਾਂ ਕਰ ਢਾਂਚਾ ਲਾਗੂ ਕੀਤਾ ਗਿਆ, ਇਹਨੂੰ ਠੀਕ ਤਰ੍ਹਾਂ ਚਲਾਉਣ ਲਈ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਆ। ਰਾਜਾਂ ਦੇ ਜਿਹੜੇ ਪੈਸੇ ਬਣਦੇ ਆ GST 'ਚੋਂ, ਉਹਦਾ ਸਮੇਂ ਸਿਰ ਉਹਨਾਂ ਨੂੰ ਹਿੱਸਾ ਮਿਲਣਾ ਚਾਹੀਦਾ, ਨਹੀਂ ਤਾਂ ਐਡੇ ਵੱਡੇ ਦੇਸ਼ ਨੂੰ ਚਲਾਇਆ ਨਹੀਂ ਜਾ ਸਕੇਗਾ ਅਤੇ ਕੇਂਦਰ ਸਰਕਾਰ ਨੂੰ ਪੰਜਾਬ ਦੀਆਂ ਮੁਸ਼ਕਲਾਂ 'ਚ ਹੋਰ ਵਾਧਾ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਇੱਥੇ ਜਿਹੜੀ ਆ ਰਾਜਨੀਤਿਕ ਬੇਚੈਨੀ ਜਿਹੜੀ ਆ ਬਹੁਤ ਜ਼ਿਆਦਾ ਵੱਧ ਜਾਏਗੀ। ਜੀ ਤੋ ਕੁਛ ਖਬਰਾਂ ਹੋਰ ਨੇ ਜਿਹੜੀਆਂ ਕਿ ਸਿੱਧੇ ਤੌਰ 'ਤੇ ਲੋਕਾਂ ਨੂੰ ਅਤੇ ਵੱਖ ਵੱਖ ਜਿਹੜੀਆਂ ਧਿਰਾਂ ਨੇ ਉਹਨਾਂ ਨੂੰ ਪਰੇਸ਼ਾਨ ਕਰ ਰਹੀਆਂ ਨੇ, ਕਰਨ ਵਾਲੀਆਂ ਨੇ। ਮਾਨਕ ਜੀ, ਇੱਕ ਪਾਸੇ ਕਹਿੰਦੇ ਜੀ ਰਜਿਸਟਰੀਆਂ ਦਾ ਕੰਮ ਲਗਭਗ ਠੱਪ ਹੋਇਆ ਪਿਆ, ਉਹਦੇ ਨਾਲ ਜਿਹੜਾ ਜਾਇਦਾਦ ਬਾਜ਼ਾਰ ਹੈ, ਮਾਰਕੀਟ ਹੈ, ਉਹ
ਬੜੀ ਪਰੇਸ਼ਾਨ ਹੈਗੀ ਹੈ। ਦੂਸਰਾ ਡਰਾਈਵਿੰਗ ਲਾਇਸੈਂਸ ਨਹੀਂ ਬਣ ਰਹੇ, RC ਯਾਨੀ ਕਿ ਵਹੀਕਲ ਜਿਹੜੇ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਨਹੀਂ ਹੋ ਰਹੀ, ਤੋ ਆਮ ਲੋਕਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਤੋ ਇਹਦੇ ਕੁਛ ਕਾਰਨ ਨੇ, ਇੱਕ ਕਾਰਨ ਤਾਂ ਇਹ ਆ ਰਿਹਾ ਜੀ ਜਿਨ੍ਹਾਂ ਕੰਪਨੀਆਂ ਦੇ ਕੋਲ ਹੈ ਉਹ ਜਿਹੜਾ ਰੱਦ ਕਰ ਦਿੱਤੀ ਗਿਆ ਹੈਗਾ, ਹੋਰ ਕੀ ਕਾਰਨ ਹੋ ਸਕਦੇ ਨੇ? ਪ੍ਰਿੰਸ ਸਾਹਿਬ, ਜਿਹੜੀਆਂ ਰਜਿਸਟਰੀਆਂ ਰੁਕੀਆਂ ਜੀ, ਜਿਹੜੀਆਂ ਨਜਾਇਜ਼ ਕਲੋਨੀਆਂ ਉਹਨਾਂ ਨਾਲ ਸੰਬੰਧਿਤ ਪਲਾਟਾਂ ਦੀਆਂ, ਉਹਦਾ ਤਾਂ ਕਾਰਨ ਇਹ ਆ ਕਿ ਕੈਪਟਨ ਸਰਕਾਰ ਹਜੇ ਇਹਦੇ ਬਾਰੇ ਕੋਈ ਨੀਤੀ ਨਹੀਂ ਬਣਾ ਸਕੀ, ਕਿਉਂਕਿ ਅਸੀਂ ਦੇਖਦੇ ਹਾਂ ਕਿ ਦਹਾਕਿਆਂ ਤੱਕ ਜਿਹੜੀਆਂ ਲੋਕਾਂ ਨੇ ਜਿਹੜੇ ਘਰ ਬਣਾਉਣੇ ਹੁੰਦੇ ਆ ਜਾਂ ਪਲਾਟ ਖਰੀਦਣੇ ਹੁੰਦੇ ਆ ਉਹ ਪ੍ਰਵਾਨਿਤ ਕਲੋਨੀਆਂ ਕੱਟੀਆਂ ਨਹੀਂ ਜਾਂਦੀਆਂ, ਆਬਾਦੀ ਲਗਾਤਾਰ ਵੱਧ ਰਹੀ ਹੈ, ਲੋਕਾਂ ਨੂੰ ਨਵੇਂ ਘਰਾਂ ਦੀ ਲੋੜ ਹੁੰਦੀ ਹੈ, ਅਤੇ ਉਹ ਜਦੋਂ ਨਿਯਮਬੱਧ ਢੰਗ ਨਾਲ ਸਰਕਾਰ ਖੁਦ ਜਿਹੜੀ ਹੈ ਜਾਂ ਸਰਕਾਰ ਦੀਆਂ ਜੋ ਸੰਸਥਾਵਾਂ ਇਸ ਤਰ੍ਹਾਂ ਦੀਆਂ ਹੈਗੀਆਂ ਉਹ ਜਦੋਂ ਖੁਦ ਜਿਹੜੀਆਂ ਨਵੀਆਂ ਕਲੋਨੀਆਂ ਵਿਕਸਿਤ ਨਹੀਂ ਕਰਦੀਆਂ ਅਤੇ ਲੋਕ ਜਿਹੜੇ ਆ ਨਜਾਇਜ਼ ਕਲੋਨੀਆਂ 'ਚ ਪਲਾਟ ਲੈ ਲੈਂਦੇ ਆ ਔਰ ਜਿਹੜੇ ਪ੍ਰੋਪਰਟੀ ਡੀਲਰ ਆ ਨਜਾਇਜ਼ ਕਲੋਨੀਆਂ ਕੱਟਦੇ ਰਹਿੰਦੇ ਆ, ਇਹ ਜਦੋਂ ਸਾਰਾ ਅਮਲ ਚੱਲ ਰਿਹਾ ਹੁੰਦਾ ਅਤੇ ਸਰਕਾਰ ਦੇ ਵਿਭਾਗਾਂ ਨੂੰ ਸਾਰਾ ਪਤਾ ਹੁੰਦਾ, ਕੋਈ ਵਿਭਾਗ ਇਸ ਤਰ੍ਹਾਂ ਦੇ ਜਿਹੜੇ ਨਜਾਇਜ਼ ਕੰਮ ਜਿਨ੍ਹਾਂ ਨੂੰ ਸਰਕਾਰ ਸਮਝਦੀ ਹੈ ਕੋਈ ਵੀ ਵਿਭਾਗ ਦਖਲ ਦਿੰਦਾ ਨਹੀਂ ਹੈ, ਅਤੇ ਜਦੋਂ ਇਹ ਨਜਾਇਜ਼ ਕਲੋਨੀਆਂ ਬਣ ਜਾਣੀਆਂ ਅਤੇ ਫਿਰ ਸਰਕਾਰ ਦੇ ਸਾਹਮਣੇ ਸਮੱਸਿਆ ਪੈਦਾ ਹੁੰਦੀ ਹੈ ਕਿ ਇਹਨਾਂ ਦਾ ਕੀ ਕੀਤਾ ਜਾਏ, ਕਿਉਂਕਿ ਬੁਨਿਆਦੀ ਸਹੂਲਤਾਂ ਇਹਨਾਂ ਕਲੋਨੀਆਂ 'ਚ ਵੀ ਬਿਜਲੀ ਪਾਣੀ ਸੀਵਰੇਜ ਉਹ ਸਰਕਾਰ ਨੇ ਦੇਣਾ ਹੁੰਦਾ, ਕਿਉਂਕਿ ਜਿਹੜੇ ਕਲੋਨੀਆਂ ਨਜਾਇਜ਼ ਬਣਾਉਂਦੇ ਆ ਉਹ ਤਾਂ ਇਹ ਚੀਜ਼ਾਂ ਲਗਾਤਾਰ ਨਜਾਇਜ਼ ਕਲੋਨੀਆਂ ਦੇ ਵਾਸੀਆਂ ਨੂੰ ਦੇ ਨਹੀਂ ਸਕਦੇ, ਫਿਰ ਮਸਲਾ ਹੁੰਦਾ ਕਿ ਉਹਨਾਂ ਨੂੰ ਨਿਯਮਬੱਧ ਕੀਤਾ ਜਾਏ। ਸੋ ਨਿਯਮਬੱਧ ਕਰਨ ਲਈ ਜਿਹੜੀ ਪੰਜਾਬ ਸਰਕਾਰ ਨੇ ਇੱਕ ਨੀਤੀ ਬਣਾਉਣੀ ਹੈ ਉਹ ਨੀਤੀ ਅਜੇ ਤੱਕ ਜਿਹੜੇ 10 ਮਹੀਨੇ ਹੋ ਗਏ ਸਰਕਾਰ ਨੇ ਬਣਾਈ ਨਹੀਂ, ਇਹਦੇ ਕਰਕੇ ਰਜਿਸਟਰੀਆਂ ਰੁਕ ਗਈਆਂ, ਅਤੇ ਇੱਕ ਪੱਤਰਕਾਰ ਦੇ ਤੌਰ 'ਤੇ ਮੈਂ ਚਾਹੁੰਦਾ ਕਿ ਪੰਜਾਬ ਸਰਕਾਰ ਇਸ ਮੁੱਦੇ 'ਤੇ ਹਮਦਰਦੀ ਨਾਲ ਵਿਚਾਰ ਕਰੇ, ਸਾਰੇ ਪਹਿਲੂਆਂ ਦਾ ਧਿਆਨ ਕਰਕੇ ਜਿਹੜੀਆਂ ਨਜਾਇਜ਼ ਕਲੋਨੀਆਂ ਹੈਗੀਆਂ ਉਹਨਾਂ ਨੂੰ ਨਿਯਮਬੱਧ ਕੀਤਾ ਜਾਏ ਤਾਂ ਜੋ ਲੋਕ ਜਿਹੜੇ ਆ ਉਹ ਪਰੇਸ਼ਾਨੀ ਤੋਂ ਬਚ ਸਕਣ, ਅਤੇ ਜਿਹੜੇ ਇਹਨਾਂ ਕਲੋਨੀਆਂ 'ਚ ਜਿਹਨਾਂ ਲੋਕਾਂ ਨੇ ਪਲਾਟ ਲਏ ਆ ਉਹ ਪਲਾਟਾਂ ਨੂੰ ਜੇ ਅੱਗੇ ਵੇਚਣਾ ਚਾਹੁੰਦੇ ਆ ਵੇਚ ਸਕਣ, ਜੇ ਉੱਥੇ ਮਕਾਨ ਬਣਾਉਣਾ ਚਾਹੁੰਦੇ ਆ ਤਾਂ ਮਕਾਨ ਬਣਾ ਸਕਣ, ਇਹਨੂੰ ਇੱਕ ਮਨੁੱਖੀ ਮਸਲੇ ਦੇ ਤੌਰ 'ਤੇ ਲੈਣਾ ਚਾਹੀਦਾ। ਬਾਕੀ ਪ੍ਰੋਫੈਸਰ ਸਾਹਿਬ, ਜਿੱਥੋਂ ਤੱਕ ਡਰਾਈਵਿੰਗ ਲਾਇਸੈਂਸ ਬਣਨੇ ਰੁਕਣ ਦੀ ਗੱਲ ਹੈ ਜਾਂ ਜਿਹੜੀਆਂ ਹੋਰ ਜਿਹੜੀਆਂ RC ਵਗੈਰਾ ਨਹੀਂ ਬਣ ਰਹੀਆਂ, ਉਹਦਾ ਕਾਰਨ ਇਹ ਹੈ ਕਿ ਇਹ ਕੰਮ ਇੱਕ ਜਿਹੜੀ ਕੰਪਨੀ ਕਰਦੀ ਸੀ ਪਿਛਲੀ, ਉਹ ਅਕਾਲੀ ਭਾਜਪਾ ਵੇਲੇ ਜਿਹੜੇ ਉਹਦੇ ਨਾਲ ਜਿਹੜਾ ਸਮਝੌਤਾ ਹੋਇਆ ਸੀ, ਅਤੇ ਜਦੋਂ ਉਹਦੀ ਮਿਆਦ ਅਕਾਲੀ ਭਾਜਪਾ ਸਰਕਾਰ ਦੀ ਮੁੱਕਣ ਵਾਲੀ ਸੀ, ਇਹ ਅਗਲੇ ਸਾਲਾਂ ਲਈ ਵੀ ਜਿਹੜਾ ਉਸੇ ਕੰਪਨੀ ਨਾਲ ਸੌਦਾ ਜਿਹੜਾ ਨਵਿਆ ਦਿੱਤਾ ਗਿਆ, ਉਹਦੇ 'ਤੇ ਜਿਹੜਾ ਕੈਪਟਨ ਸਰਕਾਰ ਨੂੰ ਇਤਰਾਜ਼ ਹੈ, ਖਾਸ ਕਰਕੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ 145 ਕਰੋੜ ਦਾ ਉਸ ਕੰਪਨੀ ਦੇ ਕੰਮਾਂ ਕਰਕੇ ਘਪਲਾ ਹੋਇਆ, ਤੋ ਇਹਨਾਂ ਮੁੱਦਿਆਂ ਕਰਕੇ ਇਹਨਾਂ ਮਸਲਿਆਂ ਕਰਕੇ ਜਿਹੜੀ RC ਨਵੀਆਂ ਬਣਨੀਆਂ ਰੁਕ ਗਈਆਂ, ਡਰਾਈਵਿੰਗ ਲਾਇਸੈਂਸ ਬਣਨੇ ਰੁਕ ਗਏ, ਬਿਨਾਂ ਸ਼ੱਕ ਲੋਕਾਂ ਨੂੰ ਇਹਦੇ ਨਾਲ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ, ਇਸੇ ਕਰਕੇ ਕੈਪਟਨ ਸਰਕਾਰ ਨੇ ਉਹ ਇਸ ਕੰਪਨੀ ਨਾਲ ਆਪਣਾ ਸਮਝੌਤਾ ਵੀ ਤੋੜ ਦਿੱਤਾ ਹੈਗਾ। ਮੈਂ ਇੱਕ ਪੱਤਰਕਾਰ ਦੇ ਤੌਰ 'ਤੇ ਪ੍ਰੈਸ ਸਾਹਿਬ ਕਹਿਣਾ ਚਾਹੁੰਦਾ ਕਿ ਜੇ ਉਸ ਕੰਪਨੀ ਨੇ ਭ੍ਰਿਸ਼ਟਾਚਾਰ ਕੀਤਾ ਜਾਂ ਲੋੜ ਤੋਂ ਵੱਧ ਉਹ ਪੈਸੇ ਲੋਕਾਂ ਤੋਂ ਲੈਂਦੀ ਸੀ, ਇਹਨਾਂ ਸਾਰੇ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ, ਜੇ ਕੁਝ ਉਹਨੇ ਗਲਤ ਕੀਤਾ ਉਹਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ, ਪਰ ਡਰਾਈਵਿੰਗ ਲਾਇਸੈਂਸ ਬਣਾਉਣੇ ਅਤੇ RC ਜਿਹੜੀਆਂ ਉਹਨਾਂ ਦੀ ਰਜਿਸਟ੍ਰੇਸ਼ਨ ਕਰਾਉਣੀ ਇਹ ਲੋਕਾਂ ਦਾ ਬਹੁਤ ਹੀ ਜ਼ਰੂਰੀ ਕੰਮ ਆ, ਬਹੁਤ ਹੀ ਜ਼ਰੂਰੀ ਮਸਲਾ ਆ, ਇਹਨੂੰ ਚੱਲਦਾ ਰੱਖਣ ਲਈ ਵੀ ਜਿਹੜਾ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਆ, ਇਹ ਨਹੀਂ ਹੈ ਕਿ ਹਫ਼ਤਿਆਂ ਤੱਕ ਇਹ ਕੰਮ ਲਟਕ ਜਾਏ ਅਤੇ ਲੋਕ ਪਰੇਸ਼ਾਨ ਹੁੰਦੇ ਫਿਰਨ। ਸੋ ਇਸ ਕੰਮ ਨੂੰ ਮੁੜ ਕੇ ਲੀਹ 'ਤੇ ਲਿਆਉਣ ਲਈ ਵੀ ਸਰਕਾਰ ਨੂੰ ਪੂਰੀ ਊਰਜਾ ਨਾਲ ਯਤਨ ਕਰਨੇ ਚਾਹੀਦੇ ਜੀ। ਤੋ ਗੱਲ ਕਰਦੇ ਹਾਂ ਨਵੀਂ ਅਧਿਆਪਕ ਨੀਤੀ ਦੀ। ਜਿਵੇਂ ਜਿਵੇਂ ਪੰਜਾਬ ਸਰਕਾਰ ਨੂੰ ਬਣਿਆ ਕੁਛ ਮਹੀਨੇ ਬੀਤਣ ਲੱਗੇ ਨੇ ਤਾਂ ਵੱਖ ਵੱਖ ਮਹਿਕਮੇ ਆਪਣੇ ਆਪਣੇ ਖੇਤਰ ਦਾ ਜਿਹੜਾ ਕੰਮ ਹੈ ਉਹਨੂੰ ਉਹਦੀ ਕਾਰਗੁਜ਼ਾਰੀ ਦਿਖਾਉਣ ਦੇ ਵਿੱਚ ਕੋਸ਼ਿਸ਼ਾਂ ਦੇ ਵਿੱਚ ਮਾਨਕ ਜੀ ਲੱਗੇ ਹੋਏ ਨੇ। ਤੋ ਜਿਹੜੀ ਨਵੀਂ ਅਧਿਆਪਕ ਨੀਤੀ ਉਹਦੇ 'ਚੋਂ ਇੱਕ ਗੱਲ ਉੱਭਰ ਕੇ ਸਾਹਮਣੇ ਆਈ ਜਿਸ ਨੂੰ ਅੱਜ ਅਖਬਾਰਾਂ ਨੇ ਸੁਰਖੀ ਬਣਾਇਆ ਕਿ ਜਿਹੜੇ ਪੰਜਾਬ ਦੇ ਇਸਤਰੀ ਸਕੂਲ ਨੇ, ਲੜਕੀਆਂ ਦੇ ਸਕੂਲ ਨੇ, ਉਹਦੇ ਵਿੱਚ 50 ਸਾਲ ਤੋਂ ਘੱਟ ਉਮਰ ਦਾ ਜਿਹੜਾ ਮਰਦ ਅਧਿਆਪਕ ਹੈ ਉਹ ਨਹੀਂ ਲਗਾਇਆ ਜਾਏਗਾ। ਕਿਸ ਤਰ੍ਹਾਂ ਦੇਖਦੇ ਹੋ ਇਸ ਫੈਸਲੇ? ਪ੍ਰਿੰਸ ਸਾਹਿਬ, ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਕੋਈ ਫੈਸਲਾ ਲੈਣਾ ਜਿਹੜਾ ਉਹ ਉਚਿਤ ਨਹੀਂ ਹੈ, ਅਧਿਆਪਕ ਵਰਗ ਦੀ ਇੱਕ ਕਿਸਮ ਨਾਲ ਤੋਹੀਨ ਹੈ, ਅਤੇ ਸਰਕਾਰ ਨੂੰ ਹੋਰ ਕਦਮ ਚੁੱਕਣੇ ਚਾਹੀਦੇ ਆ ਜਿਹਦੇ ਨਾਲ ਜੇ ਕੋਈ ਅਧਿਆਪਕ ਜਿਹੜਾ ਜਿਨਸੀ ਸ਼ੋਸ਼ਣ ਦਾ ਕਸੂਰਵਾਰ ਹੈ ਜਾਂ ਉਹਨੇ ਕੁਛ ਗਲਤ ਕੰਮ ਕੀਤਾ ਜਿਹਨੂੰ ਸਰਕਾਰ ਠੀਕ ਨਹੀਂ ਸਮਝਦੀ, ਉਹਦੇ ਖਿਲਾਫ਼ ਸਖ਼ਤ ਕਾਰਵਾਈ ਤਾਂ ਹੋਣੀ ਚਾਹੀਦੀ ਹੈ, ਜਾਂਚ ਪੜਤਾਲ ਦੇ ਯਤਨ ਵੀ ਹੋਣੇ ਚਾਹੀਦੇ ਆ, ਸਰਕਾਰਾਂ ਨੂੰ ਜਿਹੜੇ ਸਕੂਲਾਂ 'ਚ ਅਨੁਸ਼ਾਸਨ ਕਾਇਮ ਰੱਖਣ ਲਈ ਜਿਹੜਾ ਉਹ 'ਤੇ ਲਗਾਤਾਰ ਨਜ਼ਰ ਵੀ ਰੱਖਣੀ ਚਾਹੀਦੀ ਹੈ, ਪਰ ਇਸ ਤਰ੍ਹਾਂ ਦੀ ਕੋਈ ਨੀਤੀ ਬਣਾਉਣਾ
ਕਿ 50 ਸਾਲ ਤੋਂ ਘੱਟ ਉਮਰ ਦੇ ਜਿਹੜੇ ਲੋਕ ਆ ਉਹ ਦੋਸ਼ੀ ਆ ਜਾਂ ਉਹ ਅਧਿਆਪਕ ਉਹਨਾਂ ਦਾ ਆਚਰਣ ਠੀਕ ਨਹੀਂ ਹੈ, 50 ਸਾਲ ਤੋਂ ਉੱਪਰ ਵਾਲੇ ਆ ਜਿਹੜੇ ਉਹਨਾਂ ਦਾ ਆਚਰਣ ਠੀਕ ਹੋ ਸਕਦਾ, ਸਰਕਾਰ ਜੇ ਇਸ ਤਰ੍ਹਾਂ ਦਾ ਸਮਝਦੀ ਹੈ ਤਾਂ ਇਹ ਕੋਈ ਵਿਗਿਆਨਕ ਸਿਧਾਂਤ ਨਹੀਂ ਹੈਗਾ ਕਿ ਮਾੜੀ ਮਾਨਸਿਕਤਾ ਜਿਹੜੀ 50 ਸਾਲ ਤੋਂ ਉੱਪਰ ਵਾਲੇ ਦੀ ਵੀ ਹੋ ਸਕਦੀ ਹੈ ਅਤੇ ਮਾੜੀ ਮਾਨਸਿਕਤਾ 50 ਸਾਲ ਤੋਂ ਥੱਲੇ ਵਾਲੇ ਦੀ ਵੀ ਹੋ ਸਕਦੀ ਹੈ। ਸਰਕਾਰ ਸਕੂਲਾਂ ਨੂੰ ਬਿਹਤਰ ਬਣਾਵੇ, ਅਨੁਸ਼ਾਸਨ ਕਰੇ, ਸਕੂਲਾਂ ਦੀ ਜਾਂਚ ਪੜਤਾਲ ਕਰੇ, ਸਕੂਲਾਂ ਦੇ ਕੰਮ ਕਾਜ 'ਤੇ ਨਜ਼ਰ ਰੱਖੇ, ਕਿਉਂਕਿ ਜਿਹੜੀ ਸਾਡੀ ਅਗਲੀ ਪੀੜ੍ਹੀ ਦਾ ਭਵਿੱਖ ਇਹਨਾਂ ਸਕੂਲਾਂ 'ਤੇ ਨਿਰਭਰ ਆ। ਇਸ ਤਰ੍ਹਾਂ ਦੀਆਂ ਦਕਿਆਨੁਸੀ ਨੀਤੀਆਂ ਬਣਾਉਣ ਦੀ ਸਰਕਾਰ ਨੂੰ ਲੋੜ ਨਹੀਂ ਹੈ ਔਰ ਇਹਦੀ ਆਲੋਚਨਾ ਹੋ ਰਹੀ ਹੈ ਅਤੇ ਅਗਰ ਜੇ ਆਲੋਚਨਾ ਹੁੰਦੀ ਹੈ ਗਲਤ ਵੀ ਨਹੀਂ ਹੈਗੀ ਤਾਂ ਮੈਨੂੰ ਲੱਗਦਾ ਸਰਕਾਰ ਨੂੰ ਆਪਣਾ ਇਹ ਕਦਮ ਵਾਪਸ ਲੈਣਾ ਪੈਣਾ। ਜੀ, ਤੋ ਜਿਵੇਂ ਅਸੀਂ ਹੁਣੇ ਗੱਲ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਨੂੰ ਅਜੇ ਬਹੁਤਾ ਲੰਬਾ ਸਮਾਂ ਨਹੀਂ ਹੋਇਆ, ਪਰੰਤੂ ਜਿਹੜੀ ਵਿਰੋਧੀ ਧਿਰ ਹੈ ਅਕਾਲੀ ਭਾਜਪਾ ਵੱਲੋਂ ਕਹਿੰਦੇ ਜੀ ਸਰਕਾਰ ਵਿਰੁੱਧ ਪੋਲ ਖੋਲ ਰੈਲੀਆਂ ਦੀ ਸ਼ੁਰੂ ਕਰ ਦਿੱਤੀ ਗਈ ਹੈ। ਮਾਨਸੀ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਕੁਛ ਜਲਦਬਾਜ਼ੀ ਨਹੀਂ ਹੈ। ਪ੍ਰੈਸ ਸਾਹਿਬ, ਗੱਲ ਇਹ ਹੈ ਕਿ ਲੋਕ ਸਭਾ ਦੀਆਂ ਚੋਣਾਂ 2019 'ਚ ਆਉਣੀਆਂ ਜੀ, ਉਹਦੀ ਤਿਆਰੀ ਲਈ ਅਕਾਲੀ ਭਾਜਪਾ ਸਰਕਾਰ ਨੇ ਜਿਹੜੀ ਆਪਣੀ ਸਰਗਰਮੀ ਸ਼ੁਰੂ ਕਰ ਦਿੱਤੀ ਹੈ ਅਤੇ ਇੱਕ ਜਿਹੜੇ ਕੈਪਟਨ ਸਰਕਾਰ ਨੇ ਵਾਅਦੇ ਕੀਤੇ ਸੀ ਉਹਨਾਂ ਦੀ ਪੂਰਤੀ ਹੁੰਦੀ ਨਜ਼ਰ ਨਹੀਂ ਆ ਰਹੀ। ਕੈਪਟਨ ਸਰਕਾਰ ਨੇ ਕਿਹਾ ਸੀ ਹਰ ਘਰ 'ਚ ਇੱਕ ਸਰਕਾਰੀ ਨੌਕਰੀ ਦਿੱਤੀ ਜਾਏਗੀ ਅਤੇ ਜਿਹੜੇ ਜੇ ਸਰਕਾਰ ਨੌਕਰੀ ਨਹੀਂ ਦੇਵੇਗੀ ਤਾਂ ਬੇਰੁਜ਼ਗਾਰੀ ਭੱਤਾ ਦੇਵੇਗੀ, ਜਿਹੜੇ ਨੌਜਵਾਨਾਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ, ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਏਗਾ, ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਵਾਅਦੇ ਕੀਤੇ ਗਏ ਸੀ। ਹੁਣ ਅਸੀਂ ਸਾਰੇ ਜਾਣਦੇ ਹਾਂ ਕਿ ਸਰਕਾਰ ਦਾ ਖਜ਼ਾਨਾ ਜਿਹੜਾ ਉਹਦੀ ਹਾਲਤ ਮਾੜੀ ਹੈ, ਸਰਕਾਰ ਕੋਲ ਇੰਨੀ ਆਮਦਨੀ ਨਹੀਂ, ਇੰਨੇ ਸਾਧਨ ਨਹੀਂ ਹੈਗੇ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਸਕੇ ਅਤੇ ਸਰਕਾਰ ਜਿਹੜੀ ਆ ਕਿਸਾਨਾਂ ਦਾ ਜਿਹੜਾ ਕਰਜ਼ਾ ਵੀ ਮਾੜਾ ਮੋਟਾ ਮੁਆਫ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਹ ਸਰਕਾਰ ਇਸ ਵੇਲੇ ਬਹੁਤ ਵੱਡੇ ਆਰਥਿਕ ਸੰਕਟ 'ਚ ਫਸੀ ਹੋਈ ਹੈ। ਕੈਪਟਨ ਦਾ ਖਾਸ ਕਰਕੇ ਦੋਸ਼ ਹੈ ਕਿ ਉਹਨਾਂ ਨੇ ਵੱਧ ਚੜ੍ਹ ਕੇ ਵਾਅਦੇ ਕੀਤੇ ਆ, ਇਸ ਕਰਕੇ ਵਿਰੋਧੀ ਧਿਰ ਦਾ ਰੌਲਾ ਪਾਉਣਾ ਜਾਇਜ਼ ਹੈ, ਪਰ ਵਿਰੋਧੀ ਧਿਰ ਨੂੰ ਵੀ ਆਪਣੇ ਮੰਜੇ ਹੇਠ ਸੋਟਾ ਫੇਰਨਾ ਚਾਹੀਦਾ ਕਿ ਪਿਛਲੇ 10 ਸਾਲਾਂ 'ਚ ਉਹਨਾਂ ਨੇ ਕਿਸ ਤਰ੍ਹਾਂ ਰਾਜ ਕੀਤਾ, ਜਿਹੜੇ ਰਾਜ ਦੇ ਕੁਦਰਤੀ ਸਰੋਤ ਹੈ ਉਹਨਾਂ ਦੀ ਕਿਸ ਤਰ੍ਹਾਂ ਲੁੱਟ ਕਰਾਈ ਅਤੇ ਜਿਹੜੇ ਰਾਜ ਦੇ ਵਿੱਤੀ ਸਰੋਤ ਸੀਗੇ ਉਹਨਾਂ ਦੀ ਕਿਸ ਤਰ੍ਹਾਂ ਦੁਰਵਰਤੋਂ ਕੀਤੀ ਵੋਟ ਬੈਂਕ ਲਈ। ਸਰਕਾਰ ਨੂੰ ਜਵਾਬਦੇਹ ਬਣਾਉਣ ਦੇ ਨਾਲ ਨਾਲ ਅਕਾਲੀ ਭਾਜਪਾ ਗੱਠਜੋੜ ਨੂੰ ਜਿਹੜਾ ਆਪਣੇ ਗਿਰਵਾਨ ਮੈਂ ਵੀ ਜਿਹੜਾ ਸਿਰ ਨੀਵਾਂ ਕਰਕੇ ਦੇਖਣਾ ਚਾਹੀਦਾ, ਨਹੀਂ ਤਾਂ ਕੋਈ ਤੀਜੀ ਧਿਰ ਉੱਠੇਗੀ ਔਰ ਉੱਠਣੀ ਵੀ ਚਾਹੀਦੀ ਹੈ ਕਿ ਜਿਹੜੀ ਜਿਹੜੀ ਸਰਕਾਰ ਦੇ ਨਾਲ ਨਾਲ ਵਿਰੋਧੀ ਪਾਰਟੀ ਦੀ ਵੀ ਜਿਹੜੀ ਪੋਲ ਖੋਲ੍ਹੇ। ਜੀ, ਤੋ ਦੋਸਤੋ, ਸਮਾਂ ਬਹੁਤਾ ਬਚਿਆ ਨਹੀਂ ਹੈ, ਪਰੰਤੂ ਚੱਲਦੇ ਚੱਲਦੇ ਅਸੀਂ ਗੱਲ ਕਰਨੀ ਚਾਹਾਂਗੇ ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ ਵੱਲੋਂ 16 ਜ਼ਿਲ੍ਹਿਆਂ ਦੇ ਵਿੱਚ ਸੜਕਾਂ ਜਾਮ ਕੀਤੀਆਂ ਗਈਆਂ ਨੇ ਔਰ ਜਿਹੜਾ ਕਰਜ਼ਾ ਮੁਕਤੀ ਸੰਘਰਸ਼ ਹੈਗਾ ਮਾਨਸੀ, ਉਹਨੂੰ ਇਹ ਕਦਮ ਚੱਕ ਕੇ ਉਹਨਾਂ ਨੇ ਤੇਜ਼ ਕਰਨ ਦਾ ਉਪਰਾਲਾ ਇੱਕ ਕੀਤਾ ਹੈਗਾ। ਪਰ ਸਰ, ਮੈਂ ਸਮਝਦਾ ਇਹਦੇ ਬਾਰੇ 'ਚ ਜੀ ਇਹਦੀ ਆਸ ਕੋਈ ਨਹੀਂ, ਪਰ ਮੈਂ ਜਿਹੜੀ ਗੱਲ ਮਹਿਸੂਸ ਕਰਨਾ ਉਹ ਕਹਿਣੀ ਚਾਹੁੰਦਾ ਕਿ ਪੰਜਾਬ ਦੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਅਤੇ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ, ਇਹਨਾਂ ਨੂੰ ਕਿਸਾਨੀ ਕਰਜ਼ੇ ਦੇ ਮੁੱਦੇ 'ਤੇ ਆਮ ਸਹਿਮਤੀ ਬਣਾਉਣੀ ਚਾਹੀਦੀ ਹੈ। ਸਾਨੂੰ ਦਹਾਕਿਆਂ ਤੱਕ ਕੱਚੇ ਮਾਲ ਦੀ ਮੰਡੀ ਬਣਾ ਕੇ ਕੇਂਦਰ ਸਰਕਾਰ ਨੇ ਰੱਖਿਆ, ਦੇਸ਼ ਨੂੰ ਅਨਾਜ ਦੀ ਲੋੜ ਸੀਗੀ, ਝੋਨਾ ਅਤੇ ਕਣਕ ਦੋ ਫਸਲੀ ਚੱਕਰ ਵੱਲ ਸਾਨੂੰ ਧੱਕ ਦਿੱਤਾ ਗਿਆ, ਪਾਂ ਝੋਨੇ ਦੀ ਫਸਲ ਨੇ ਜਿਹੜਾ ਕੁਝ ਦਹਾਕਿਆਂ ਤੱਕ ਕਿਸਾਨ ਦੀ ਆਰਥਿਕਤਾ ਨੂੰ ਰਾਹਤ ਵੀ ਦਿੱਤੀ ਹੈ, ਪਰ ਹੁਣ ਇਹ ਉਲਟ ਪ੍ਰਭਾਵੀ ਹੋ ਗਿਆ ਝੋਨਾ, ਕਿਉਂਕਿ ਸਾਡਾ ਪਾਣੀ ਜਿਹੜਾ ਧਰਤੀ ਹੇਠਲਾ ਬਹੁਤ ਉਹ ਹੇਠਾਂ ਚਲਾ ਗਿਆ। ਆਉਣ ਵਾਲੇ ਸਮੇਂ 'ਚ ਜੇ ਅਸੀਂ ਝੋਨੇ ਦੀ ਕਾਸ਼ਤ ਕਰਦੇ ਰਹਿੰਦੇ ਹਾਂ ਜਾਂ ਆਪਣੀ ਖੇਤੀ ਨੂੰ ਦੋ ਫਸਲੀ ਚੱਕਰ ਤੱਕ ਸੀਮਤ ਰੱਖਦੇ ਹਾਂ ਤਾਂ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ। ਸੋ ਇਹਦੇ ਲਈ ਪੰਜਾਬ 'ਚ ਖੇਤੀ ਨੀਤੀ ਬਦਲਣ ਦੀ ਲੋੜ ਹੈ, ਪੰਜਾਬ ਦੀ ਖੇਤੀ ਦੀ ਦਿਸ਼ਾ ਬਦਲਣ ਦੀ ਲੋੜ ਹੈ, ਪੰਜਾਬ ਦੀ ਖੇਤੀ ਨੂੰ ਬਹੁਤ ਫਸਲੀ ਬਣਾਉਣ ਦੀ ਲੋੜ ਹੈ। ਇਹ ਕੰਮ ਆ ਜਿਹੜਾ ਉਹ ਕੇਂਦਰ ਸਰਕਾਰ ਦੀ ਮਦਦ ਤੋਂ ਬਿਨਾਂ ਨਹੀਂ ਹੋ ਸਕਦਾ। ਜੇ ਕੇਂਦਰ ਸਰਕਾਰ ਨੇ ਦਹਾਕਿਆਂ ਤੱਕ ਸਾਨੂੰ ਕਣਕ ਝੋਨੇ ਦੇ ਫਸਲੀ ਚੱਕਰ 'ਚ ਲਾਈ ਰੱਖਿਆ ਤਾਂ ਹੁਣ ਕੇਂਦਰ ਸਰਕਾਰ ਦਾ ਹੀ ਫਰਜ਼ ਬਣਦਾ ਕਿ ਪੰਜਾਬ ਦੀ ਖੇਤੀ ਲਈ ਨਵੀਂ ਯੋਜਨਾ ਪੇਸ਼ ਕਰੇ, ਪੰਜਾਬ ਦੀ ਖੇਤੀ ਨੂੰ ਲਾਭਕਾਰੀ ਬਣਾਵੇ ਅਤੇ ਜਿਹੜਾ ਕਿਸਾਨਾਂ ਸਿਰ ਕਰਜ਼ਾ ਚੜਿਆ ਉਹ ਕੌਮੀ ਪੱਧਰ 'ਤੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਏ। ਪੰਜਾਬ ਸਰਕਾਰ ਦੇ ਵੱਸ ਦਾ ਰੋਗ ਨਹੀਂ ਹੈ, ਅਗਰ ਜੇ ਕੇਂਦਰ ਸਰਕਾਰ ਨੇ ਜਿਹੜੀ ਆ ਪੰਜਾਬ ਸਰਕਾਰ ਦੀ ਬਾਂਹ ਨਾ ਫੜੀ ਜਾਂ ਇਸ ਤਰ੍ਹਾਂ ਦੇ ਹੋਰ ਰਾਜ ਆ ਜਿੱਥੇ ਕਿਸਾਨੀ ਸੰਕਟ ਬਹੁਤ ਗੰਭੀਰ ਹੋ ਚੁੱਕਿਆ, ਉਹਨਾਂ ਰਾਜਾਂ ਦੀ ਬਾਂਹ ਨਾ ਫੜੀ ਤਾਂ ਇਹ ਮਸਲਾ ਅਮਨ ਕਾਨੂੰਨ ਦਾ ਮਸਲਾ ਬਣ ਜਾਏਗਾ। ਇਹ ਮਸਲਾ ਇਕੱਲਾ ਜਿਹੜਾ ਕਿਸਾਨਾਂ ਦਾ ਪੰਜਾਬ ਸਰਕਾਰ ਨਾਲ ਟਕਰਾਅ ਦਾ ਮਸਲਾ ਨਹੀਂ ਹੈ, ਬਲਕਿ ਕੌਮੀ ਪੱਧਰ 'ਤੇ ਜੇ ਪੰਜਾਬ 'ਚ ਹਾਲਾਤ ਖਰਾਬ ਹੁੰਦੇ ਆ ਤਾਂ ਇਹ ਕੇਂਦਰ ਵੀ ਇਹ ਤੋਂ ਅਛੂਤਾ ਨਹੀਂ ਰਹਿ ਸਕਦਾ। ਸੋ ਇਹ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਆਪਣੀ
ਪਾਰਟੀ ਦੀ ਰਾਜਨੀਤੀ ਤੋਂ ਉੱਤੇ ਉੱਠ ਕੇ ਇਹਨੂੰ ਇੱਕ ਕੌਮੀ ਮਸਲਾ ਸਮਝ ਕੇ ਇਹ ਜਿਹੜਾ ਉਹ ਕੇਂਦਰ ਸਰਕਾਰ ਕੋਲ ਉਠਾਉਣਾ ਚਾਹੀਦਾ ਅਤੇ ਜੇ ਇਹ ਨਾ ਉਠਾਇਆ ਗਿਆ ਤਾਂ ਪੰਜਾਬ 'ਚ ਹਾਲਾਤ ਜਿਹੜੇ ਆ ਉਹ ਬਹੁਤ ਵਿਗੜ ਸਕਦੇ। ਤਾਂ ਇਹ ਵੀ ਹੋ ਸਕਦਾ ਕਿ ਜਿੱਦਾਂ ਤੁਸੀਂ ਕਿਹਾ ਸਿਆਸਤ ਤੋਂ ਉੱਪਰ ਉੱਠ ਕੇ ਨਾਲ ਖੇਤੀ ਮਾਹਰਾਂ ਦੀ ਕੋਈ ਇੱਦਾਂ ਦੀ ਕਮੇਟੀ ਦਾ ਗਠਨ ਕੀਤਾ ਜਾਵੇ ਜਿਹੜੇ ਕੋਈ ਸੁਝਾਅ ਦੇ। ਦੇਖੋ ਖੇਤੀ ਮਾਹਰ ਤਾਂ ਸਾਡੇ ਹੈਗੇ ਆ ਜੀ, ਉਹ ਯੂਨੀਵਰਸਿਟੀਆਂ 'ਚ ਹੈਗੇ ਆ, ਯੂਨੀਵਰਸਿਟੀਆਂ ਤੋਂ ਬਾਹਰ ਵੀ ਹੈਗੇ ਆ, ਬੜੇ ਤਜਰਬੇਕਾਰ ਲੋਕ ਆ, ਸਿਆਣੇ ਲੋਕ ਆ, ਕਿਸਾਨਾਂ 'ਚੋਂ ਵੀ ਲੋਕ ਹੈਗੇ ਆ ਜੀ। ਉਹਨਾਂ ਤੋਂ ਜਿਹੜਾ ਵਿਰੋਧੀ ਪਾਰਟੀਆਂ ਜਿਹੜੀ ਆ ਜਾਣਕਾਰੀ ਲੈ ਸਕਦੀਆਂ, ਜਿਹੜੀਆਂ ਸੱਤਾਧਾਰੀ ਪਾਰਟੀ ਵੀ ਉਹਨਾਂ ਤੋਂ ਜਾਣਕਾਰੀ ਲੈ ਸਕਦੀ ਹੈ। ਜਿਹੜੀ ਕੈਪਟਨ ਸਰਕਾਰ ਨੇ ਇੱਕ ਕਮੇਟੀ ਬਣਾਈ ਵੀ ਇਸ ਤਰ੍ਹਾਂ ਦੀ ਵੱਖ ਵੱਖ ਥਾਂ 'ਤੇ ਜਾ ਕੇ ਕਿਸਾਨ ਕਿਉਂ ਖੁਦਕੁਸ਼ੀਆਂ ਕਰਦੇ ਆ, ਕਿਸ ਖੇਤੀ ਦਾ ਸੰਕਟ ਕਿਸ ਤਰ੍ਹਾਂ ਦਾ ਹੈ, ਉਹਨੇ ਕੁਝ ਥਾਵਾਂ ਤੋਂ ਜਾ ਕੇ ਜਾਣਕਾਰੀ ਲਈ ਵੀ ਹੈ ਅਤੇ ਇਹਨੂੰ ਹੋਰ ਵਧੇਰੇ ਸਾਰਥਕ ਬਣਾਇਆ ਜਾ ਸਕਦਾ ਇਸ ਵਿਚਾਰ ਵਟਾਂਦਰੇ ਨੂੰ। ਪਰ ਸਮੁੱਚੇ ਤੌਰ 'ਤੇ ਇਹਦੇ 'ਚ ਰਾਹਤ ਜਿਹੜੀ ਆ ਉਹ ਕੇਂਦਰ ਸਰਕਾਰ ਨੂੰ ਦੇਣੀ ਪੈਣੀ ਆ। ਸਾਨੂੰ ਨਵੀਂ ਖੇਤੀ ਨੀਤੀ ਦੀ ਵੀ ਲੋੜ ਹੈ ਅਤੇ ਪੰਜਾਬ ਦਾ ਜਿਹੜਾ ਕਰਜ਼ਾ ਕਿਸਾਨਾਂ 'ਚ ਚੜ੍ਹ ਗਿਆ ਬੁਰੀ ਤਰ੍ਹਾਂ, ਕਿਸਾਨ ਜਿਹੜੇ ਆ ਕੇਂਦਰ ਦੀਆਂ ਗਲਤ ਖੇਤੀ ਨੀਤੀਆਂ ਕਾਰਨ ਕਿਸਾਨ ਪੀੜਿਤ ਹੋਇਆ, ਇਹਨਾਂ ਨੂੰ ਰਾਹਤ ਦੇਣ ਲਈ ਵੀ ਕੇਂਦਰ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਜੀ। ਤੋ ਖਬਰਾਂ ਦੇ ਆਰ ਪਾਰ ਦੀ ਇਸ ਕੜੀ ਨੂੰ ਅਸੀਂ ਇੱਥੇ ਹੀ ਸਮੇਟਦੇ ਹਾਂ। ਅਗਲੇ ਹਫ਼ਤੇ ਤਾਜ਼ਾ ਕੜੀ ਲੈ ਕੇ ਮੁੜ ਤੁਹਾਡੇ ਰੂਬਰੂ ਹੋਵਾਂਗੇ। ਮਾਨਕ ਜੀ ਤੁਹਾਡਾ ਧੰਨਵਾਦ। ਸ਼ੁਕਰੀਆ ਜੀ।